ਮੋਗਾ ਦੇ ਕਿਸਾਨ ਯੂਨੀਅਨ ਲੱਖੋਵਾਲ ਦੇ ਸਟੇਟ ਪ੍ਰੈਜ਼ੀਡੈਂਟ ਹਰਿੰਦਰ ਸਿੰਘ ਲੱਖੋਵਾਲ ਵੱਲੋਂ ਕੀਤੀ ਗਈ ਅਹਿਮ ਮੀਟਿੰਗ। ਇਸ ਮੌਕੇ ਤੇ ਕਿਸਾਨ ਯੂਨੀਅਨ ਕਾਦੀਆਂ ਦੇ ਸੈਂਕੜੇ ਕਿਸਾਨ ਕਾਦੀਆਂ ਯੂਨੀਅਨ ਨੂੰ ਛੱਡ ਕੇ ਲੱਖੀਵਾਲ ਦੇ ਵਿੱਚ ਸ਼ਾਮਿਲ ਹੋ ਗਏ। ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਹੈ ਕਿ ਗੈਰ ਰਾਜਨੀਤਿਕ ਸੰਯੁਕਤ ਮੋਰਚੇ ਨੇ ਧਰਨਾ ਲਾਉਣ ਤੋਂ ਪਹਿਲਾਂ ਸਾਡੇ ਦੇ ਨਾਲ ਕੋਈ ਵੀ ਮੀਟਿੰਗ ਨਹੀਂ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਕਿਸਾਨ ਸ਼ੁਭਕਰਨ ਦੀ ਮੌਤ ਦੇ ਮਾਮਲੇ ਦੇ ਵਿੱਚ ਵੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰੇ। ਹਾਂਜੀ ਲੱਖੋਵਾਲ, ਤੁਸੀਂ ਲੱਖੋਵਾਲ ਸਾਹਿਬ ਅੱਜ ਮੌਕੇ ਪਹੁੰਚੇ ਹੋ, ਕੀ ਮੀਟਿੰਗ ਹੈ ਤੁਹਾਡੀ, ਕੀ ਵਿਸ਼ਾ ਕਹਿੰਦੇ? ਅੱਜ ਸਾਡੀ ਮਹੀਨਾਵਾਰ ਜ਼ਿਲ੍ਹੇ ਦੀ ਮੀਟਿੰਗ ਸੀ, ਉਹਦੇ ਚ ਸਾਡੇ ਸਰਦਾਰ ਗੁਲਜਾਰ ਸਿੰਘ ਜੀ ਸਪੈਸ਼ਲ ਤੌਰ ਤੇ ਅੱਜ ਘਰ ਵਾਪਸੀ ਹੋਈ ਆ। ਇਹ ਥੋੜੇ ਦਿਨ ਬਿਮਾਰ ਵੀ ਸੀਗੇ ਤੇ ਘਰੇ ਬੈਠੇ ਸੀ, ਤੇ ਆਪਦੇ ਵੱਡੀ ਟੀਮ ਲੈ ਕੇ ਸਾਡੇ ਨਾਲ ਇਹ ਆਏ ਆ, ਤੇ ਅਸੀਂ ਪ੍ਰੋਗਰਾਮ ਜਿਹੜੇ ਦਿੱਲੀ ਵਾਲੇ ਜਾਂ ਅਗਲੇ ਪ੍ਰੋਗਰਾਮ ਨੇ ਸਰਕਾਰ ਨਾਲ ਲੜਾਈ ਦੇ ਉਹ ਦੱਸਣ ਆਏ ਆ। ਜਿਵੇਂ ਕੱਲ 26 ਤਰੀਕ ਨੂੰ WTO ਦੀ ਅਬੂ ਧਾਬੀ ਦੇ ਵਿੱਚ ਮੀਟਿੰਗ ਹੋ ਰਹੀ ਆ, ਉਹਦਾ ਅਸੀਂ ਸਾਰੇ ਦੇਸ਼ ਦੇ ਵਿੱਚ ਵਿਰੋਧ ਕਰਨ ਜਾ ਰਹੇ ਹਾਂ। ਉਹਦੇ 'ਚ ਅਸੀਂ ਸਾਰੇ ਟਰੈਕਟਰ ਜਿਹੜੇ ਸਾਰੇ ਦੇਸ਼ ਦੇ ਵਿੱਚ ਹਾਈਵੇ ਦਾ ਇੱਕ ਸਾਈਡ ਦੇ ਉੱਪਰ ਖੜੇ ਕਰਾਂਗੇ ਵਿਰੋਧ ਦੇ ਵਿੱਚ, ਉਹ ਸਾਰੀਆਂ ਸਾਡੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਨੇ। ਇਸੇ ਤਰ੍ਹਾਂ ਅਸੀਂ 14 ਮਾਰਚ ਨੂੰ ਰਾਮਲੀਲਾ ਗਰਾਊਂਡ ਦਿੱਲੀ ਵਿਖੇ ਇੱਕ ਵੱਡੀ ਕਿਸਾਨ ਮਹਾਂ ਪੰਚਾਇਤ ਕਰਨ ਜਾ ਰਹੇ ਹਾਂ, ਜਿਹਦੇ 'ਚ ਸਾਰੇ ਦੇਸ਼ ਦੇ ਵਿੱਚੋਂ ਲੱਖਾਂ ਕਿਸਾਨ ਉੱਥੇ ਪਹੁੰਚਣਗੇ। ਅੱਜ ਉਹ ਸੁਨੇਹਾ ਦੇਣ ਆਏ ਹਾਂ, ਅਤੇ ਉਸ ਤੋਂ ਬਾਅਦ ਉਹਦੀ ਅਸੀਂ ਨਿਖੇਧੀ ਕਰਦੇ ਹਾਂ। ਜੋ ਸਾਡਾ ਕਿਸਾਨ ਉੱਥੇ ਸ਼ਹੀਦ ਹੋਇਆ, ਅਸੀਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ, ਭਾਵੇਂ ਪੈਸਿਆਂ ਦਾ ਉਹਨਾਂ ਨੇ ਅਨਾਊਂਸ ਕਰ ਦਿੱਤਾ, ਪਰ ਪਰਚੇ ਜਿਨ੍ਹਾਂ ਨੇ ਸਾਡੇ 'ਤੇ ਕਾਰਵਾਈ ਕੀਤੀ ਆ, ਸਰਕਾਰ ਹਰਿਆਣਾ ਸਰਕਾਰ ਦਾ CM, ਉਹਦਾ ਗ੍ਰਹਿ ਮੰਤਰੀ, ਉਹਦਾ DGP, ਉਹਨਾਂ 'ਤੇ 302 ਦੇ ਪਰਚਿਆਂ ਦੀ ਅਸੀਂ ਮੰਗ ਕਰਦੇ ਹਾਂ ਕਿ ਫੌਰੀ ਤੌਰ 'ਤੇ ਉਹ ਪਰਚੇ ਉਹਨਾਂ ਦੇ ਦਰਜ ਹੋਣੇ ਚਾਹੀਦੇ ਨੇ। ਅੰਦੋਲਨ ਤਾਂ ਸਾਡਾ ਚੱਲੀ ਜਾ ਰਿਹਾ, ਉਸ ਤੋਂ ਪਹਿਲਾਂ ਅਸੀਂ ਭਾਰਤ ਬੰਦ ਵੀ ਕੀਤਾ, ਕੱਲ੍ਹ ਨੂੰ ਟਰੈਕਟਰ ਦਾ ਮਾਰਚ ਵੀ ਹੈ, ਕੱਲ੍ਹ ਪੁਤਲੇ ਵੀ ਅਸੀਂ ਇਹਦੇ ਵਿਰੋਧ 'ਚ ਹੁੱਕੇ ਗਏ ਨੇ ਸਾਰੇ ਦੇਸ਼ ਦੇ ਵਿੱਚ। 14 ਨੂੰ ਅਸੀਂ ਉਹ ਅੰਦੋਲਨ ਕਰਨ ਜਾ ਰਹੇ ਹਾਂ, ਇਹ ਸੰਘਰਸ਼ ਤਾਂ ਸਾਡਾ ਚੱਲੀ ਜਾ ਰਿਹਾ। ਅਸੀਂ ਕਹਿੰਦੇ ਸੈਂਟਰ ਸਰਕਾਰ ਸਾਡੀਆਂ ਜਾਇਜ਼ ਮੰਗਾਂ ਨੇ 3 ਸਾਲ ਪਹਿਲਾਂ ਹੀ ਛੱਡ ਕੇ ਆਏ ਸੀ, ਸੈਂਟਰ ਸਰਕਾਰ ਨੂੰ ਵੀ ਪਤਾ ਕਿਉਂ ਸੈਂਟਰ ਸਰਕਾਰ ਕਿਸਾਨਾਂ ਨੂੰ ਬਾਰਡਰਾਂ 'ਤੇ ਬਿਠਾ ਕੇ ਸਾਨੂੰ ਰੱਖਿਆ ਹੋਇਆ। ਉਹਨਾਂ ਨੂੰ ਫੌਰੀ ਤੌਰ 'ਤੇ ਸਾਡੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ। ਮੇਨ ਮੰਗ ਹੈ MSP 'ਤੇ ਕਾਨੂੰਨੀ ਗਰੰਟੀ ਮੰਗਦੇ ਹਾਂ, ਕਿਸਾਨੀ ਕਰਜ਼ੇ ਮਾਫੀ ਦੀ ਗੱਲ ਆ, ਬੁਢਾਪਾ ਪੈਨਸ਼ਨ ਦੀ ਗੱਲ ਆ, ਲਖਮੀਰ ਪੁਰਖੀ ਦਾ ਇਨਸਾਫ ਦੀ ਮੰਗ ਆ, ਜਿਹੜੀ ਸਾਡੀ ਫਸਲ ਨੁਕਸਾਨੀ ਜਾਂਦੀ ਆ ਗੜਿਆਂ ਨਾਲ, ਉਹਨਾਂ ਦੇ ਅਸੀਂ ਕਹਿੰਦੇ ਹਾਂ ਵੀ ਉਹ ਇੰਸ਼ੋਰੈਂਸ ਬੀਮਾ ਯੋਜਨਾ, ਇਹ ਮੰਗਾਂ ਅਸੀਂ ਲੈ ਕੇ ਅੰਦੋਲਨ ਕਰ ਰਹੇ ਹਾਂ। ਸਾਡਾ ਜਨਮ ਇਹ ਅਧਿਕਾਰ ਆ ਵੀ ਅਸੀਂ ਪ੍ਰੋਟੈਸਟ ਕਰ ਸਕੀਏ, ਆ ਵੱਡਾ ਲੋਕਤੰਤਰ ਅਸੀਂ ਭਾਰਤ ਨੂੰ ਮੰਨਦੇ ਹਾਂ, ਸਾਡੇ PM ਵੀ ਕਹਿੰਦੇ ਆ ਵੀ ਸਾਡਾ ਭਾਰਤ ਬਹੁਤ ਵੱਡਾ, ਪਰ ਸਾਨੂੰ ਰੋਕਿਆ ਜਾ ਰਿਹਾ, ਸਾਨੂੰ ਆਪਦੀ ਰਾਜਧਾਨੀਆਂ ਵੱਲ, ਸਾਨੂੰ ਚੰਡੀਗੜ੍ਹ 'ਚ ਨਹੀਂ ਦਾਖਲ ਹੋਣ ਦਿੰਦੇ, ਸਾਨੂੰ ਦਿੱਲੀ 'ਚ ਦਾਖਲ ਨਹੀਂ ਹੋਣ ਦਿੰਦੇ। ਬੜੇ ਸ਼ਾਂਤਮਈ ਢੰਗ ਨਾਲ ਸਾਡੇ ਕਿਸਾਨ ਜਾ ਰਹੇ ਸੀ, ਉਹਨਾਂ ਨੂੰ ਸਰਕਾਰ ਨੇ ਕਿੱਲਾਂ ਲਾ ਕੇ ਕੰਧਾਂ ਕਰਕੇ ਸਰਕਾਰ ਨੇ ਰੋਕਿਆ। ਫਿਰ ਕੀ ਹੁੰਦਾ ਜੇ ਦਿੱਲੀ ਚਲੇ ਜਾਂਦੇ ਪ੍ਰੋਟੈਸਟ? ਅਸੀਂ ਸ਼ਾਂਤਮਈ ਢੰਗ ਨਾਲ ਸੀਗਾ, ਤੇ ਇਹਨਾਂ ਨੇ ਉਹ ਭੜਕਾਇਆ, ਸਾਡਾ ਪ੍ਰੋਟੈਸਟ ਖਰਾਬ ਕੀਤਾ। ਕਿਸਾਨ ਮੋਰਚੇ ਦੇ ਵਿੱਚ ਸਿਰਫ 2 ਟੀਮਾਂ ਆਪਾਂ ਕਹਿ ਸਕਦੇ, ਜਿਹੜੇ ਇਸ ਟਾਈਮ ਸੰਭੂ ਬਾਰਡਰ ਤੇ ਕਨੌਜ ਬਾਰਡਰ ਤੇ ਬੈਠੀਆਂ ਨੇ, ਬਾਕੀ ਜਿਹੜੀ ਕਿਸਾਨ ਜਥੇਬੰਦੀਆਂ ਨੇ ਲੋਕਲ ਪ੍ਰਦਰਸ਼ਨ ਦਾ ਕਰ ਰਹੀਆਂ, ਉਹਨਾਂ ਸਾਥ ਨਾਲ ਉੱਥੇ ਕਿਉਂ ਜਾ ਰਹੀਆਂ? ਕਿਉਂਕਿ ਸਾਡੇ ਨਾਲ ਸਲਾਹ ਨਹੀਂ ਕੀਤੀ ਗਈ, ਅਸੀਂ ਚਾਹੁੰਦੇ ਸੀ ਵੀ ਇਹ ਇੰਡੀਆ ਦਾ ਮੋਰਚਾ ਬਣੇ। ਸਾਡੇ ਅਸੀਂ 22 ਤਰੀਕ ਨੂੰ ਵੀ ਮੀਟਿੰਗ ਕੀਤੀ ਆ, ਉਹਦੇ 'ਚ ਸਾਰੇ ਇੰਡੀਆ ਦੇ ਸਾਡੇ ਲੀਡਰ ਟਕੈਸ ਸਾਹਿਬ ਸਮੇਤ ਸਾਡੇ ਉੱਥੇ ਚੰਡੀਗੜ੍ਹ ਆਏ ਆ, ਅਤੇ ਉਹ ਸਾਡੇ ਨਾਲ ਬਿਨਾਂ ਸਲਾਹ ਤੋਂ ਉਹ ਆਪ ਇਕੱਲੇ ਹੀ ਚਲੇ ਗਏ, ਅਤੇ ਉਹਨਾਂ ਨੇ ਇਹ ਵੀ ਕਿਹਾ ਵੀ ਇਹ ਜਿਨ੍ਹਾਂ ਨੇ ਮੋਰਚਾ ਲਾਉਣਾ ਤਾਂ ਵੱਖਰਾ ਲਾ ਲੈਣ, ਅਤੇ ਉਹਦੇ ਲਈ ਜਿਹੜੀਆਂ ਬਾਕੀ ਜਥੇਬੰਦੀਆਂ ਨਹੀਂ ਗਈਆਂ, ਪਰ ਅਸੀਂ ਕਿਸਾਨਾਂ ਦੇ ਨਾਲ ਹਾਂ। ਜੇ ਕਿਸਾਨਾਂ 'ਤੇ
ਕੋਈ ਤਸ਼ੱਦਦ ਹੁੰਦਾ ਤਾਂ ਅਸੀਂ ਸਰਕਾਰ ਦੇ ਉਲਟ ਹੈਗੇ ਹਾਂ। ਇੱਕ ਗੱਲ ਸਾਹਮਣੇ ਆ ਰਹੀ ਹੈ ਵੀ ਜਿਹੜੇ ਦੇਖਿਆ ਜਾ ਰਿਹਾ ਵੀ ਆਮ ਜਿਹੜੇ ਲੋਕ ਨੇ ਅਕਸਰ ਉਹ ਸਵਾਲ ਕਰ ਰਹੇ ਨੇ ਵੀ ਕੁਝ ਜਥੇਬੰਦੀ ਜਿਹੜੇ ਇਹਨਾਂ ਦਾ ਸਾਥ ਨਹੀਂ ਦੇ ਰਹੇ, ਇੱਕ ਸਵਾਲ ਤਾਂ ਇਹ ਹੋ ਗਏ। ਦੂਸਰੀ ਗੱਲ ਇਹ ਹੈ ਵੀ ਜਿਹੜੇ ਉੱਥੇ ਬੈਠੇ ਨੇ ਹੁਣ ਤਸ਼ੱਦਦ ਉਹਨਾਂ ਦੇ ਹੋ ਰਹੇ, ਆਪਣੇ ਜਥੇਬੰਦੀ ਉਹਨਾਂ ਨਾਲ ਜਾ ਕੇ ਸਹਿਯੋਗ ਕਿਉਂ ਨਹੀਂ ਕਰ ਰਹੇ? ਨਹੀਂ, ਉੱਥੇ ਜਾ ਕੇ ਬਹਿ ਕੇ ਵੀ ਕੀ ਕਰਨਾ, ਅਸੀਂ ਪੰਜਾਬ 'ਚ ਦੇਸ਼ ਦੇ ਵਿੱਚ ਉਹਨਾਂ ਦੇ ਲਈ ਹੱਕ 'ਚ ਹਾਂ ਦਾ ਨਾਰਾ ਮਾਰ ਰਹੇ ਹਾਂ। ਕੱਲ੍ਹ ਨੂੰ ਟਰੈਕਟਰ ਵੀ ਜਿਵੇਂ ਖੜ੍ਹੇ ਕਰਨੇ ਆ, ਪਿੱਛੇ ਕੱਲ੍ਹ ਅਸੀਂ ਪੁਤਲੇ ਫੂਕੇ ਨੇ ਸਰਕਾਰਾਂ ਦੇ ਪੁਤਲੇ ਫੂਕੇ ਆ, 14 ਨੂੰ ਫਿਰ ਅਸੀਂ ਦਿੱਲੀ ਸ਼ਾਂਤਮਈ ਢੰਗ ਦੇ ਨਾਲ ਜਾ ਰਹੇ ਹਾਂ, ਉਹ ਉਹਨਾਂ ਕਰਕੇ ਹੀ ਜਾ ਰਹੇ ਹਾਂ। ਉਹੀ ਮੰਗਾਂ ਨੇ, ਇੱਕੋ ਹੀ ਮੰਗਾਂ ਨੇ। ਜਦੋਂ ਕਿਸਾਨਾਂ ਨੂੰ ਹੁਣ ਨਹੀਂ ਜਾਣ ਦੇ ਰਿਹਾ, ਤੁਹਾਨੂੰ ਲੱਗਦਾ ਵੀ 14 ਤੁਸੀਂ ਉੱਥੇ ਮੀਟਿੰਗ ਕਰ ਸਕੋਗੇ? 14 ਨੂੰ ਇਹ ਕਹਿੰਦੇ ਆ ਵੀ ਟਰੈਕਟਰਾਂ ਤੋਂ ਬਿਨਾਂ ਜਾਓ, ਅਸੀਂ ਕਿਹਾ ਅਸੀਂ ਟਰੈਕਟਰਾਂ ਤੋਂ ਬਿਨਾਂ ਜਾਵਾਂਗੇ, ਅਸੀਂ ਗੱਡੀਆਂ 'ਚ ਟ੍ਰੇਨਾਂ ਦੇ ਵਿੱਚ ਅਸੀਂ ਜਾਵਾਂਗੇ, ਸ਼ਾਂਤਮਈ ਢੰਗ ਦੇ ਨਾਲ ਅਸੀਂ ਉੱਥੇ ਮੁਜ਼ਾਹਰਾ ਕਰਾਂਗੇ।